जप नाम जप नहीं रहती।
So
सुख से Hello.
खूब है मुझे चौपड़ खेले सब कुछ तेरे वास नहीं सब कुछ तेरे वास नहीं हो सकता आज इसका नाम भी बदल गया खेड के साधन भी बदल गए शतरंज की खेड नूं चौपड़ की खेड कदी आखदे सन इहनूं पासे की खेड बजुर्ग बड़ी खेडदे सन मेरे समझ जदों बजुर्ग इकट्ठे हो जाने उन्होंने पासा विछा लेना ते चौपड़ की तां कहिंदे सन क्योंकि इहदे चार पट होंदे सन चौपड़ इस तरह करके आपस में कपड़े में जोड़ लिया जाता सी उन्हें फिर चार पट रास बन जाता सी उन्हें विच डब्बियां पईयां होंदियां एक डब्बी दरमियान विच होंदी वड्डी डब्बी उन्हें विच सारियां नरदां गीटियां इकट्ठियां रखियां जांदियां ते गीटियां दो रंगां विच होंदियां क्योंकि दो खिडारी खिडारी की खेड या मुसामी होती जो दूजा खिडारी ना हो का खेड इसलिए दो खिडारी आम सामने अपन अपन नरदा चोन कर लेंगे और नरदा के रंग वक्रे वक्रे होंगे एक पासा छोटा जिहा गीटा जिंदे विच वक्खरे वक्खरे नंबर होंगे निशान होंगे सुटदे ओ तो हुण अपने बस नहीं खेल कैसी जिंदे विच कोई अपने बस नहीं जो कुछ उस पासे विच निकल नंबर निकल आने ने तेरी नरद उसी हिसाब नाल ही चलनी है आपस में जोड़ता है कहता है तू जोड़ के रख
ਰੱਬ ਕਿੰਨੀ ਖੂਬਸੂਰਤ ਦਿੱਤੀ। ਧਰਮ ਤੇ ਧਰਮ ਨੂੰ ਵੱਖ ਵੱਖ ਨਾ ਹੋਣ ਦੇ, ਨਹੀਂ ਤਾਂ ਚੌਪੜ ਦੀ ਖੇਡ ਨਹੀਂ ਬਣਨੀ। ਇਹ ਦੋਵਾਂ ਨੇ ਆਪਸ ਵਿੱਚ ਜੁੜ ਗਏ, ਚੌਪੜ ਬਣ ਜਾਣ। ਕਰਮ ਧਰਮ ਦੋਏ ਚੌਪੜ ਸੱਚ। ਜਦੋਂ ਤੂੰ ਚੌਪੜ ਦੀ ਖੇਡ ਬਣਾਵੇਂ, ਉਹਦੇ ਵਿੱਚ ਤੈਨੂੰ ਦੋ ਪਦਾਂ ਨੂੰ ਜੋੜਨਾ ਪੈਣਾ, ਕਰਮ ਤੇ ਧਰਮ। ਜੇ ਇਕੱਲਾ ਕਰਮ ਰਹਿ ਗਿਆ ਤਾਂ ਕਰਮ ਕਾਂਡ ਵਿਕਰਮ ਬਣ ਗਈ, ਧਰਮ ਨਾ ਹੋਇਆ। ਜਿਸ ਕਰਮ ਵਿੱਚ ਧਰਮ ਨਹੀਂ ਉਹ ਵਿਕਰਮ ਹੈ, ਕਰਮ ਕਾਂਡ। ਤੇ ਜੇ ਇਕੱਲਾ ਧਰਮ ਹੋਇਆ ਉਹ ਪ੍ਰੈਕਟੀਕਲੀ ਕਰਮ ਵਿੱਚ ਨਹੀਂ ਤਾਂ ਮਾਲਾ ਫੇਰੀ ਜਾਂਦਾ, ਕਿਸੇ ਦਾ ਭਲਾ ਨਹੀਂ ਕਰ ਸਕਦਾ, ਕਿਸੇ ਨੂੰ ਕੀ ਫਾਇਦਾ ਹੁੰਦਾ। ਜਦੋਂ ਗੁਰੂ ਨਾਨਕ ਆਏ ਦੁਨੀਆਂ ਨੂੰ ਵਿਲਕਦਾ ਉਹਨਾਂ ਵੇਖਿਆ, ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਉਦੋਂ ਐਸਾ ਤੇ ਨਹੀਂ ਸੀ ਵੀ ਧਰਮ ਕਰਨ ਵਾਲੇ ਕੋਈ ਨਹੀਂ ਸਨ, ਜੰਗਲਾਂ ਵਿੱਚ ਬੈਠੇ ਹੋਏ ਰਿਸ਼ੀ ਮੁਨੀ ਜੋਗੀ ਜਤੀ ਬਹੁਤ ਕੁਝ ਸਮਾਧੀਆਂ ਲਗਾ ਰਹੇ ਸਨ, ਪਰ ਕਰਮ ਵਿੱਚ ਸ਼ਾਮਿਲ ਨਹੀਂ ਸਨ, ਉਹ ਧਰਮ ਕਰਮ ਵਿੱਚ ਸ਼ਾਮਿਲ ਨਹੀਂ। ਇਸ ਲਈ ਕਰਮ ਤੇ ਧਰਮ ਨੂੰ ਇਕੱਠਾ ਕਰਨਾ ਤਾਂ ਜੀਵਨ ਦੀ ਖੇਡ ਬਣਨੀ। ਕਰਮ ਧਰਮ ਤੂੰ ਚੌਪੜ ਸੱਚ ਜੋੜ ਕੇ ਰੱਖੋ, ਕਰਮ ਵਿੱਚੋਂ ਧਰਮ ਵੱਖਰਾ ਨਾ ਹੋਵੇ, ਧਰਮ ਵਿੱਚੋਂ ਕਰਮ ਵੱਖਰਾ ਨਾ ਹੋਵੇ। ਧਰਮ ਉਹ ਜਿਹਦਾ ਕਿਸੇ ਦੂਜੇ ਨੂੰ ਵੀ ਭਲਾ ਹੋਵੇ, ਕਰਮ ਕਰੇ। ਗੁਰੂ ਨੇ ਕਿਉਂ ਕਹਿ ਦਿੱਤਾ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਰਮ ਤੇ ਧਰਮ ਦਾ ਧੋਣ ਦਾ ਆਪਸ ਵਿੱਚ ਰਿਸ਼ਤਾ ਬਣਾਈ, ਇਕੱਲਾ ਕਰਮ ਨਾ ਹੋਵੇ, ਇਕੱਲਾ ਧਰਮ ਨਾ ਹੋਵੇ ਕਿ ਇਕੱਲੀ ਮਾਤਾ ਫਿਰ ਧਰਮ ਹੈ, ਦੋਵਾਂ ਨੂੰ ਮੇਲ। ਕਰਮ ਧਰਮ ਤੂੰ ਚੌਪੜ ਸੱਜ। ਫਿਰ ਇੱਕ ਖਿਆਲ ਕਰੀ, ਸੱਤ ਦੇ ਰੰਗ ਵਿੱਚ, ਸੱਚਾਈ ਦੇ ਰੰਗ ਵਿੱਚ ਰੰਗੀਆਂ ਹੋਈਆਂ ਕਰਦਾਂ ਨੂੰ ਨਰਦਾਂ ਨੂੰ ਆਪਣੀਆਂ ਬਣਾ ਲੈਂਦੇ। ਸੱਤ ਵਿੱਚ ਰੰਗ ਉਹ ਹੈ ਇੰਦਰੇ ਜਿਹਨਾਂ ਨੇ ਚੱਲਣਾ ਜੀਵਨ ਵਿੱਚ, ਉਹ ਸੱਚ ਦੇ ਰੰਗ ਵਿੱਚ ਰੰਗੇ ਹੋਣ, ਅੱਖਾਂ ਦੇਖ ਕੇ ਸੱਚ ਪਛਾਣਨ, ਕੰਨ ਸੱਚ ਸੁਣਨ। ਇਹ ਸਰਵ ਨੂੰ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸਤ ਕਰੋ ਤੁਮ ਸਾਰੇ ਨਿਰਦਰ, ਇਹੋ ਜੀਵਨ ਵਿੱਚ ਚੱਲਦੀਆਂ, ਇਹੋ ਤੇ ਜਿੱਤ ਹਾਰ ਦਾ ਸਾਧਨ ਬਣਦੀਆਂ। ਇਹ ਜਿੱਤ ਪੱਕੀ ਤੇ ਕੱਚੀ ਸਾਰੀ ਕੀ, ਸਤਰੰਗ ਬਾਜੀ ਪੱਕੇ ਨਾਹੀਂ ਕੱਚੀ ਆਵੇ ਸਾਰੀ ਗੁਰਮਤੀ। ਜਿਹੜੀਆਂ ਨਰਦਾ ਮੁੜ ਜਿੱਥੋਂ ਚੱਲਣ ਮੈਦਾਨ ਵਿੱਚੋਂ ਵੱਡੀ ਇਸ ਵੱਡੇ ਖਾਨੇ ਵਿੱਚੋਂ ਮੁੜ ਕੇ ਸਾਰਿਆਂ ਖਾਨਿਆਂ ਵਿੱਚ ਘੁੰਮਦੀਆਂ, ਸਹੀ ਸਲਾਮਤ ਦੂਜਾ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਜੇ ਸਹੀ ਸਲਾਮਤ ਆਪਣੇ ਖਾਨੇ ਤੱਕ ਨਹੀਂ ਪਹੁੰਚਦੀ ਤਾਂ ਉਹ ਨਰਦ ਕੱਚੀ ਰਹਿ ਪੱਕੀ ਹੋ ਜਿਹੜੀ ਵਾਪਸ ਜਿੱਥੋਂ ਚੱਲੀ ਸੀ। ਜੈ ਤੇ ਉਪਜੀ ਤੈ ਰਚੀ ਸੱਚੀ ਪੀਤ ਸਮਾਂ, ਜਿਸ ਮਾਲਕ ਨੇ ਪੈਦਾ ਕੀਤਾ ਉਹ ਉੱਥੋਂ ਤੱਕ ਪਹੁੰਚ ਰਹੇ। ਨਰਦ ਉਹ ਖੇਡ ਦੀ ਜਿੱਤ ਦਾ ਪ੍ਰਭਾਵ ਉਹੋ ਹੀ ਹੈ ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੈ, ਤੇ ਜਿਹੜਾ ਉਸ ਤੋਂ ਵਿਛੜ ਜਾਏ। ਜਿਸੇ ਸਾਜ ਨਿਵਾਜਿਆ ਕਿਸੇ ਸਿਓ ਰਚਨਾ ਹੈ ਉੱਥੇ ਪਹੁੰਚ ਹੀ ਨਹੀਂ ਸਕਦੀ। ਕਹਿਣ ਲੱਗੇ ਇਸੇ ਤਰ੍ਹਾਂ ਸਤ ਕਰੋ ਤੁਮ ਸਾਰੇ, ਆਪਣੀ ਸਾਰੀ ਭਾਵ ਇੰਦਰੇ ਜਿਹੜੇ ਨੇ ਉਹਨੂੰ ਸੱਤ ਦੇ ਰੰਗ ਵਿੱਚ ਰੰਗ ਦੇ।
ਤਾਂ ਕਿ ਪਛਾਣ ਹੋਵੇ ਤੈਨੂੰ ਇਹ ਇੰਦਰੇ ਤੇਰੇ ਨੇ ਖਿਡਾਰੀ ਸਤ ਕਰੋ ਤੁਮ ਸਾਰੇ ਕਹਿੰਦੇ ਨੇ ਇਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਜੀਤੋ ਮੁਕਾਬਲੇ ਤੇ ਬੈਠ ਖਿਡਾਰੀ ਇਨਸਾਨ ਦੇ ਮੁਕਾਬਲੇ ਸ਼ੈਤਾਨ ਵੀ ਮੇਰੇ ਰੱਬ ਨੇ ਹਰ ਚੀਜ਼ਾਂ ਦੋ ਰੂਪ ਵਿੱਚ ਕਿਉਂ ਬਣਾਈਆਂ ਮੈਂ ਇੱਕ ਵਾਰ ਕੀਤੀ ਸੀ ਨੇਕੀ ਦੇ ਸਾਹਮਣੇ ਵਧੀ ਹੈ ਚਾਨਣ ਦੇ ਸਾਹਮਣੇ ਰੋਸ਼ਨੀ ਦੇ ਸਾਹਮਣੇ ਅੰਧੇਰਾ ਹੈ ਸੱਚ ਦੇ ਸਾਹਮਣੇ ਝੂਠ ਦੂਜਾ ਬਣਾਇਆ ਜੇ ਦੂਜਾ ਨਾ ਹੋਇਆ ਤਾਂ ਤੇਰੀ ਖੇਡ ਨਹੀਂ ਤੇਰੀ ਜਿੱਤ ਤਾਂ ਇਸੇ ਗੱਲ ਹੈ ਕਿ ਤੇਰੇ ਸਾਹਮਣੇ ਕੋਈ ਦੂਜਾ ਬੈਠਾ ਹੋਵੇ ਕਹਿਣ ਲੱਗੇ ਇਸ ਲਈ ਹੇ ਵੀਰ ਲਫ਼ਜ਼ ਕੀ ਨੇ ਹੇ ਵੀਰ ਤੈਨੂੰ ਮੈਂ ਪਾਸਾ ਢਾਲਣਾ ਸਿਖਾਉਣਾ ਜਿਹੜਾ ਹਾਰ ਜਾਂਦਾ ਜਿਹਨੂੰ ਪਾਸਾ ਢਾਲਣਾ ਨਹੀਂ ਆਉਂਦਾ ਚੇਤਨ ਨਹੀਂ ਸੁਚੇਤ ਨਹੀਂ ਜਿਹੜਾ ਹਾਰ ਜਾਂਦਾ ਉਹਦਾ ਸਭ ਕੁਝ ਜੂਏ ਵਿੱਚ ਹਾਰਿਆ ਰਹਿੰਦਾ ਧੀ ਜ਼ਿੰਦਗੀ ਜੀਵਨ ਵੀ ਤਾਂ ਇੱਕ ਜੂਆ ਜਿਹੜੇ ਲੋਕ ਜੂਏ ਵਿੱਚ ਹਾਰ ਜਾਂਦੇ ਨੇ ਸਭ ਕੁਝ ਬਰਬਾਦ ਕਰ ਬੈਂਦੇ ਆਪਾਂ ਦਾ ਇੰਨਾ ਵੱਡਾ ਸਲਤਨਤ ਰਾਜ ਬਾਹਰ ਖਤਮ ਹੋ ਗਿਆ ਬਰਬਾਦ ਹੋ ਗਿਆ ਜੰਗਲਾਂ ਵਿੱਚ ਜੀਵਨ ਗੁਜ਼ਾਰਦੇ ਰਹੇ ਕਿਉਂ ਇੱਕ ਜੂਏ ਤੋਂ ਹਾਰ ਤੋਂ ਸਭ ਕੁਝ ਆ ਗਿਆ ਤੇ ਗੁਰੂ ਨੇ ਕਿਉਂ ਇਹ ਗੱਲ ਆਖੀ ਕਹਿਣ ਲੱਗੇ ਜੇ ਇਸ ਖੇਡ ਵਿੱਚ ਤੂੰ ਜਿੱਤਣਾ ਹੈ ਤੇ ਤੈਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸਭ ਕੁਝ ਮੇਰੇ ਹੱਥ ਨਹੀਂ ਉਸ ਦਾ ਦੇ ਹੱਥ ਹੈ ਜਿਹੜਾ ਪਾਸਾ ਸੁੱਟਣ ਤੋਂ ਬਾਅਦ ਆਉਣਾ ਹੈ ਹੁਕਮੇ ਬੁੱਝੇ ਆਪਣੇ ਵੱਸ ਨੇ ਹੁਕਮੇ ਬੁੱਝੇ ਚੌਪੜ ਖੇਲੇ ਮਨਜਿੰਡ ਵਾਲੇ ਪਾਸਾ ਅਗਲੇ ਪਾਸੇ ਲਫ਼ਜ਼ ਨੇ ਜੋ ਜਨ ਜਾਨ ਭਜੈ ਆਪ ਗਤ ਕੋ ਜਿਹੜਾ ਬੰਦਗੀ ਭਗਤੀ ਦੀ ਖੇਡ ਵਿੱਚ ਵੀ ਜਾਣ ਕੇ ਪ੍ਰਭੂ ਫਿਰ ਭਜਨ ਕਰੇ ਪਤਾ ਹੀ ਨਹੀਂ ਮੈਂ ਕਿੱਦਾਂ ਭਜਨ ਕਰਨੇ ਆ ਪੱਥਰ ਨੂੰ ਵੀ ਪੂਜੀ ਜਾਂਦਾ ਹੈ ਪਤਾ ਹੀ ਨਹੀਂ ਇਹ ਭਗਵਾਨ ਹੈ ਕਿ ਨਹੀਂ ਜੋ ਜਨ ਜਾਨ ਭਜੇ ਅਵਗਤ ਕੋ ਜ਼ਰੂਰੀ ਹੈ ਕਿ ਭਗਤੀ ਕਰਨ ਲੱਗੇ ਪਤਾ ਹੋਵੇ ਮੈਂ ਕਿੰਦੀ ਕਰ ਰਿਹਾ ਗੁਰੂ ਨੇ ਕਿਉਂ ਵਾਰ ਵਾਰ ਇਹ ਗੱਲ ਸਮਝਾਈ ਕਹਿਣ ਲੱਗੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੇ ਸੁਆਇਆ ਇਹ ਓਂਕਾਰ ਨੂੰ ਆਰਾਧਨਾ ਹੈ ਕਿਉਂਕਿ ਨਿਰਾ ਓਂਕਾਰ ਤਾਂ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਲਫ਼ਜ਼ ਸੀ ਵੇਦਾਂ ਦਾ ਸੀ ਓਂਕਾਰ ਲਫ਼ਜ਼ ਵੇਦਾਂ ਦਾ ਉਹਦਾ ਮਤਲਬ ਸੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਗੁਰੂ ਨੇ ਉਸ ਓਂਕਾਰ ਲਫ਼ਜ਼ ਨਾਲ ਏਕਾ ਲਾ ਦਿੱਤਾ ਕਹਿਣ ਲੱਗੇ ਨਹੀਂ ਓਂਕਾਰ ਲਫ਼ਜ਼ ਹੈ ਵੇਦਾਂ ਵਿੱਚ ਓਂਕਾਰ ਬ੍ਰਹਮ ਉਤਪਾਦ ਬ੍ਰਹਮਾ ਉਤਪਾਦ ਓਂਕਾਰ ਪਿਆ ਜਨਚਿਤ ਓਂਕਾਰ ਸੈਲ ਜੁਗ ਹੈ ਓਂਕਾਰ ਵੇਦ ਨਿਰਮੈ ਹੈ ਵੇਦ ਵਿੱਚ ਵੀ ਓਂਕਾਰ ਲਫ਼ਜ਼ ਹੈ ਸ੍ਰਿਸ਼ਟੀ ਦਾ ਕਰਤਾ ਪਰ ਉਹ ਇਹ ਫੈਸਲਾ ਨਾ ਕਰ ਸਕੇ ਸ੍ਰਿਸ਼ਟੀ ਦਾ ਕਰਤਾ ਕੌਣ ਹੈ ਜੇ ਕਾਲ ਨੂੰ ਮੁਖਾਤਮ ਕੀਤਾ ਤੇ ਇਹ ਕਹਿ ਦਿੱਤਾ ਕਾਲ ਪਾਇ ਬ੍ਰਹਮਾ ਉਤਰਿਆ ਕਾਲ ਪਾਇ ਸ਼ਿਵ ਜੀ ਉਤਰਿਆ ਬ੍ਰਹਮਾ ਨੂੰ ਕਾਲ ਨੇ ਪੈਦਾ ਕੀਤਾ ਸ਼ਿਵ ਜੀ ਨੂੰ ਕਾਲ ਨੇ ਪੈਦਾ ਕੀਤਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਪਰ ਇਹਦਾ ਮਤਲਬ ਕੋਈ ਫੈਸਲਾ ਨਾ ਹੋ ਸਕਿਆ ਇਹ ਸਾਰਾ ਤਮਾਸ਼ਾ ਇਹ ਸਾਰਾ ਕੁਝ ਕਿਹਨੇ ਪੈਦਾ ਕੀਤਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਸੇ ਲਈ ਕਹਿੰਦੇ ਹਾਂ ਜ਼ਰਾ ਧਿਆਨ ਨਾਲ ਰੱਖੀ ਸਰਵਕਾਲਕ ਕਿਰਿਆ ਤਮਾਸ਼ਾ ਪਰ ਦੂਜੇ ਪਾਸੇ ਕਹਿ ਦਿੱਤਾ ਕਿ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ
फैसला तो ना हो सके, उनके चो कई भगवान पैदा हो गए। पर गुरु नानक ने आख्या नहीं, मैं ओंकार नू नहीं, एक ओंकार नू आराधना, यह फर्क है। इसलिए ओंकार के अगे एक लफज केवल श्री गुरु ग्रंथ साहब में है, यह चीज देखना। ओंकार इदां दा लफज आया गुरु नानक ने ओंकार के अगे एक ला के फैसला कर दिता कि मेरा रब एक है, साहिब मेरा एको है, एको है भाई, एको है रब मेरा, एको है जिन्हें सारी सृष्टि पैदा की है, जिन्हें सारा ब्रह्मांड पैदा किया है, जिड़ा करता है। इसलिए कह लगे जेड़ा जानता ही नहीं, बहुतियां खल जगण में चुलिया होया है, वह कितनी भर्ती करेगा। ये भजन करता भी है, माला फेरता भी है, तो कितनी माला फेरेगा वाला जिन्हों पता नहीं, वह ही आखेगा ये मेरे घर तपस्या है, महाकाल काल काल आदि वही आखेगा। पर गुरु कहते नहीं, जो जन जान भजे अवगत को, प्रभु जाने पे ना मेरा मालिक कौन है, शिष्य दे रचन कौन वाला कौन है। एका माई जुत आई तीन चेले प्रवान, एक संसारी एक भंडारी एक लय दीवान, पर जीव तिस भावे तिवें चलावै। इहदा उत्ते कोई होर खड़ा है जिहड़ा एक है, जीव तिस भावे तिवें चलावै, जिव होवै फरमान जिवें उहदा हुक्म चले, जिहड़ा हुक्म नूं नहीं पछाणदा। क्योंकि एक गल बहुत जरूरी सी, नानक हुक्म है जे बुझे। सद्गुरु ने इससे भी एक लफ्ज कहा, हुक्म है बुझे चौपड़ खेले, जीवन की बाजी जित ही हो सकता, खेड ही हो सकता है, नहीं तो नतीजा है गुरमुख लाभदा मनमुख गवाया। ये जीवन की खेड में संपूर्ण आ गया, मनमुख की है जिन्हें गुरु को उस एक नूं नहीं पछाणिया, उनका नतीजा निकलिया उन्हें जीवन की बाजी हार दी मनमुख। पर जिन्हें जो जन जान बजे अवगत को, तिनका कछू ना नासा, उनका कोई नुकसान नहीं होया, नास होना खत्म होना। इस जीवन की बाजी विच खेडदे आ जिहड़ा हार गया वह नास हो गया, जेड़ा जित गया उन्हें सब कुछ पा लिया। खेड है ही ऐसी, गुरु ने कहता गुरमुख लाभदा मनमुख गवाया। इसलिए एक गल बार बार समझाई, आख्या तू जीवन तो मांग रहे हैं पर जीवन दे दा जो मकसद है वह नहीं मंग रहा, जीवन तो मंग रहे हैं। तू चाहे जीवने की आस करें जमने हाले साहब साहब, वो तेरे को गिनती है जीवन। पर कहने लगे तू दूजी गल नहीं समझदा कि बाजीगरी संसार, इस संसार एक बाजीगरी खेड है, जीवे की खेड है बाजीगरी संसार। कबीरा चेत ढाल पासा, बड़ी चेतनता नाल बड़ा सियाणप नाल बड़ी सोच के गुरु को पुछ के उनके हुक्म नूं पछाण के, जिसनों भजन करना है उन्हों भी रब नूं भी पछाण के, ता जीवन की खेड सफल होएगी, ता जित सकेगा, नहीं तो सब कुछ बर्बाद कर लेगा। समा भी बर्बाद हो गया, जीवन भी बर्बाद हो गया। रहन गवाई सो एक है, दिवस गवाया खाए, हीरे जैसा जन्म है कोटि बदले जाए। कहने लगे इसलिए बहुत जरूरी है कि चेत ढाल पासा, बड़ा सुचेत होके जीवन की खेड, कर्म धर्म तुम चौपड़ साजो, कर्म के धर्म वख ना होते, तेरे कर्म विचों धर्म नजर आवे, तेरे धर्म नाल तेरा कर्म सुधर जाए।
ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਤੇ ਆਪਣੀ ਨਰਦ ਨੂੰ ਸੱਚਾਈ ਦਾ ਰੰਗ ਦੇ ਪਛਾਣ ਹੋ ਸਕੇ ਇਹ ਸੱਚ ਹੈ। ਕਿਉਂਕਿ ਨਰਦਾਂ ਦੇ ਰੰਗ ਵੱਖਰੇ ਵੱਖਰੇ ਹੋਣ ਦਾ ਮਤਲਬ ਇਹ ਹੁੰਦਾ ਵੀ ਮਨੁੱਖ ਆਪਣੀ ਨਰਦ ਨੂੰ ਪਛਾਣ ਸਕੇ। ਸੱਚ ਦੇ ਰੰਗ ਵਿੱਚ ਇੰਦਰੀਆਂ ਨੂੰ ਰੰਗ ਦੇ, ਤੇਰੇ ਜ਼ਬਾਨ ਦੇ ਬੋਲ ਹੋਣ ਪਛਾਣੇ ਜਾਣੇ ਸੱਚ ਬੋਲ ਰਿਹਾ, ਤੇਰੀਆਂ ਅੱਖਾਂ ਦੀ ਤੱਕਣੀ ਵਿੱਚ ਪਛਾਣ ਹੋਵੇ ਇਹ ਸੱਚ ਹੈ, ਤੇਰੇ ਕੰਨ ਸੁਣਨ ਤੋਂ ਪਹਿਲਾਂ ਪਛਾਣ ਲੈਣ ਕਿ ਇਹ ਬੋਲ ਸੱਚ ਨੇ, ਨਹੀਂ ਤਾਂ ਗੁਰੂ ਨੇ ਇਹ ਰਸਤਾ ਤੋਂ ਕਿਉਂ ਆਖਿਆ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਇਆ। ਕੰਨ ਸੁਣਦੇ ਆ ਪਛਾਣ ਲੈ ਸਤਿ ਨਰਦ ਹੈ। ਕਹਿਣ ਲੱਗੇ ਇਸ ਲਈ ਇੱਕ ਖਿਆਲ ਕਰੀ, ਸਤ ਕਰੋ ਤੁਮ ਸਾਰੀ, ਤੇ ਜਿਸ ਦਿਨ ਤੂੰ ਆਪਣੀਆਂ ਨਰਦਾਂ ਇੰਦਰੀਆਂ ਨੂੰ ਸਤ ਦੇ ਸੱਚਾਈ ਦੇ ਰੰਗ ਵਿੱਚ ਰੰਗ ਲਿਆ, ਤੇ ਕਾਮ ਕਰਮ ਤੇ ਧਰਮ ਨੂੰ ਜੋੜ ਕੇ ਤੂੰ ਆਪਣਾ ਪਾਸਾ ਵਿਛਾ ਲਿਆ, ਵਿਸ਼ਵਾਸ ਕਰ ਫਿਰ ਕੰਮ ਕੋਲ ਲੋਭ ਮੋਹ ਜੀਤ, ਫਿਰ ਤੂੰ ਕੰਮ ਕੋਲ ਲੋਭ ਮੋਹ ਹੰਕਾਰ ਨੂੰ ਜਿੱਤ ਲੈਗਾ, ਉਹ ਤੇਰੇ ਤੇ ਹਾਲ ਤੇਰੇ ਜੀਵਨ ਤੇ ਅਸਰਅੰਦਾਜ਼ ਨਹੀਂ ਹੋਊਗੀ। ਕੰਮ ਕੋਲ ਲੋਭ ਮੋਹ ਜੀਤੋ, ਫਿਰ ਤੇਰੇ ਜੀਵਨ ਦੀ ਖੇਡ ਵੀ ਮੇਰੇ ਪ੍ਰਭੂ ਨੂੰ ਪਿਆਰੀ ਲੱਗੇਗੀ, ਚੰਗੀ ਲੱਗੇਗੀ, ਐਸੀ ਖੇਡ ਹਰ ਪਿਆਰੀ। ਕੰਮ ਕੋਲ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਫਿਰ ਕਹਿਣ ਲੱਗੇ ਜੇ ਤੂੰ ਐਸੀ ਖੇਡ ਖੇਡਦੇ ਆ ਕਿਸੇ ਵਕਤ ਘਬਰਾਏ ਵੀ ਕੋਈ ਪਰੇਸ਼ਾਨੀ ਵੀ ਖੜੀ ਹੋ ਆਉਂਦੀ ਆ, ਐਵੇਂ ਨਹੀਂ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਹੋ ਆਉਂਦੀ ਆ, ਪਰ ਕਹਿਣ ਲੱਗੇ ਫਿਰ ਘਬਰਾਈ ਨਾ, ਕਿਉਂਕਿ ਤੇਰਾ ਮਦਦਗਾਰ ਤੇਰਾ ਸਹਾਇਕ ਗੁਰੂ ਤੇਰੇ ਨਾਲ ਹੈ, ਜਿਹਨੇ ਤੈਨੂੰ ਹੁਕਮ ਮੰਨਣਾ ਸਿਖਾਇਆ ਹੈ, ਹੁਕਮ ਵਿੱਚ ਜੀਵਨ ਦੀ ਖੇਡ ਖੇਡਣੀ ਸਿਖਾਈ ਹੈ, ਜਿਹਦੇ ਕਾਰਨ ਤੂੰ ਗੁਰਮੁਖਾਂ ਵਾਲੀ ਖੇਡ ਖੇਡ ਰਿਹਾ। ਕਹਿਣ ਲੱਗੇ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਜੀਵਨ ਦੀ ਰਾਤ ਤੇ ਦਿਨ ਦੋਨੋਂ ਤੇਰੇ ਪ੍ਰਭੂ ਨਾਲ ਜੁੜਿਆ ਲੰਘ ਜਾਣ, ਫਿਰ ਕੀ ਹੋਵੇਗਾ, ਵਿਖੜੇ ਦਾਉਣ ਲੰਘਾਵੇ ਮੇਰਾ ਸਤਿਗੁਰ ਔਖੇ ਰਸਤਿਆਂ ਤੋਂ, ਐਸੇ ਦਾ ਜਿਹੜੇ ਤੈਨੂੰ ਨਜ਼ਰ ਆਉਣ ਖਰੇ ਮੈਂ ਹਾਰ ਪਿਆ, ਤੈਨੂੰ ਗੁਰੂ ਹਾਰਨ ਤੇਰੀ ਜੀਵਨ ਦੀ ਗੁਰੂ ਬਾਜੀ ਹਾਰਨ ਨਹੀਂ ਪਵੇਗਾ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਛੇਤੀ ਕਰ ਜਾ ਆਪੇ। ਕਹਿਣ ਲੱਗੇ ਆਪੇ ਖੇਲੇ ਹਰ ਆਪੇ ਖੇਲੇ, ਤੈਨੂੰ ਵਿਸ਼ਵਾਸ ਹੋਵੇ ਕਿ ਇਹ ਖੇਡ ਸਿਰਫ ਮੇਰੀ ਨਹੀਂ, ਮੈਂ ਆਪਣੀ ਮਰਜ਼ੀ ਨਾਲ ਨਹੀਂ ਖੇਡ ਸਕਦਾ, ਕਿਉਂਕਿ ਮਤ ਵੀ ਤਾਂ ਤੇਰੀ ਨਹੀਂ, ਸੁਰਤ ਵੀ ਤੇਰੀ ਨਹੀਂ, ਸਿਆਣਪ ਵੀ ਤੇਰੀ ਨਹੀਂ, ਸੁਰਤ ਮਤ ਚਤਰਾਈ ਤੇਰੀ, ਤੂੰ ਜਣਾਏ ਜਾਣਾ ਨਾ, ਜੋ ਕੁਝ ਤੂੰ ਜਣਾਏ ਭਾਵ ਸਮਝਾ ਦੇਵੇ, ਜਿਹਦੀ ਜਾਣਕਾਰੀ ਤੂੰ ਮੈਨੂੰ ਦੇ ਦੇਵੇ, ਜਣਾਏ ਦਾ ਮਤਲਬ ਹੁੰਦਾ ਜੋ ਚੀਜ਼ ਮੈਨੂੰ ਤੇਰੇ ਕੋਲੋਂ ਜਾਣਕਾਰੀ ਮਿਲੇ, ਸੁਰਤ ਮਤ ਚਤਰਾਈ ਤੇਰੀ, ਤੂੰ ਜਣਾਏ ਜਾਣਾ ਰਾ, ਬਸ ਮੈਂ ਓਨਾ ਕੁ ਜਾਣਨਾ। ਜਿਸ ਦਿਨ ਤੂੰ ਇਸ ਹੁਕਮ ਦੀ ਗੱਲ ਨੂੰ ਜਾਣ ਗਿਆ, ਹੁਕਮੇ ਬੇ ਬੂਝੇ ਚੌਪੜ ਖੇਲੇ, ਅੱਗੇ ਮਨ ਜਨ ਢਾਲੇ ਪਾਸਾ, ਜੋ ਜਨ ਜਾਣ ਭਰੇ ਅਵਗਤ ਕੋ ਤਿਨਕਾ ਕਛੂ ਨਾ ਨਾਸਾ। ਅਗਲੀ ਲਾਈਨ ਵਿੱਚ ਕਹਿਣ ਲੱਗੇ ਕਹਿ ਕਬੀਰ ਤੇ ਜਨ ਕਬਹੂ ਨਾ ਹਾਰੇ, ਉਹ ਕਦੀ ਵੀ ਜੀਵਨ ਦੀ ਬਾਜੀ ਨਹੀਂ ਹਾਰਦੇ, ਕਹਿ ਕਬੀਰ ਤੇ ਜਨ ਕਬਹੂ ਨਾ ਹਾਰੇ, ਢਾਲ ਜੋ ਜਾਣੇ ਪਾਸਾ। ਜਿਹਨਾਂ ਨੂੰ ਪਤਾ ਹੋਵੇ ਕਿ ਜੀਵਨ ਦੀ ਖੇਡ ਕਿਵੇਂ ਖੇਡੀ, ਕਹਿਣ ਲੱਗੇ ਇਸੇ ਲਈ ਇੱਕ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਮੈਂ ਇਸ ਖੇਡ ਨੂੰ ਆਪਣੀ ਮਰਜ਼ੀ ਨਾਲ ਨਹੀਂ ਜਿੱਤ ਰਿਹਾ, ਮੇਰਾ ਮੈਨੂੰ ਤਾਂ ਮਾਲਕ ਦੇ ਹੁਕਮ ਦੀ ਪਛਾਣ ਹੋ ਗਈ। ਇਸੇ ਲਈ ਹੀਲੀ ਲੈਂਗੁਏਜ ਕਹਿਣ ਲੱਗੇ ਹਰ ਆਪੇ ਖੇਲੇ ਆਪੇ ਦੇਖੇ,
आपे रचन रचाया यह एक विश्वास कि जीवन की खेड खेडद भी मन अंदर एक विश्वास हो मैं आपे नहीं खेड रहा मेरा मालिक मेरे नाल हर आपे खेले आपे देखे आपे रचन रचाया जन नानक गुरमुख जो नर खेले जेड़ा गुरु दे हुकम विच गुरु दी आग्या विच गुरु दी अगवाई विच जीवन दी खेड खेडदा है ओ बाजी जित के घर आउंदा है अपनी रसनत गुरु अर्जुन पातशाह कहंदे जन नानक गुरमुख जो जीवन बाजी जित सके अंत का किसी वक्त भी जीवन दे अंत वेले तेनू कोई पीड़ा ना होवे तेनू कोई दुख ना होवे कि खौर मैनू जीवन दे किसी कुकर्म दे बदले विच कोई तसीहा मिलेगा अंतकाल नहीं लागे पीर कोई पीर नहीं कोई पीड़ नहीं है गुरु की अगवाई दी जीवन दी खेड मैं खुशी हुई कि आप समा भी बदलिया ये भी एक टेस्ट सी मैं अपने जीवन की एक हड बीती याद है ये गल कोई 60 साल पुरानी है 60 साल की गल आगरे होंगे आगरे महीने में एक दिन मर्यादा बनाई सी गुरुद्वारा साहब विच सदर गुरुद्वारे महीने विच एक दिन सवेरे 3:30 तो 6:30 बजे तक श्री असादी दरबार का संपूर्ण कीर्तन करना
ਚਲਦੀ ਰਹੀ ਉਹਨਾਂ ਦਿਨਾਂ ਵਿੱਚ ਸੀ 62-63 ਦੀ ਗੱਲ ਹੈ 63 ਦੀ ਗੱਲ ਹੈ ਮੇਰੇ ਖਿਆਲ ਸੋਨੀਪਤ ਦਿੱਲੀ ਦੇ ਨਾਲ ਗੁਰਪੁਰਬ ਦੇ ਸੰਬੰਧ ਵਿੱਚ ਇੱਥੇ ਆਏ ਮੇਰੀ ਹੱਡਬੀਤੀ ਗੁਰਪੁਰਬ ਦੇ ਸੰਬੰਧ ਵਿੱਚ ਅਸੀਂ ਸੋਨੀਪਤ ਆਏ ਅਤੇ ਸੰਗਤ ਦਾ ਬੜਾ ਇਕੱਠ ਹੋਇਆ ਕਰੇ ਇੱਕ ਦਿਨ ਮਨ ਵਿੱਚ ਆਇਆ ਇੱਥੇ ਵੀ ਇਹਨਾਂ ਨੂੰ ਕਹੀਏ ਵੀ ਤੁਸੀਂ ਸ਼ੁਰੂ ਕਰੋ ਮਹੀਨੇ ਵਿੱਚ ਇੱਕ ਦਿਨ ਹੀ ਸੀ ਬੜਾ ਸੁਆਦ ਆਉਂਦਾ ਸਾਢੇ ਤੱਕ 6:30 ਵਜੇ ਤੱਕ ਸਮਾਪਤੀ ਹੋ ਗਈ ਸੰਪੂਰਨ ਆਸਰੀ ਵਾਰ ਦਾ ਕੀਤਾ ਉਦੋਂ ਆਪਣੀ ਉਮਰ ਵੀ ਇਸ ਤਰ੍ਹਾਂ ਦੀ ਸੀ 2.5-3 ਘੰਟੇ ਕੀਰਤਨ ਕਰ ਲਈ ਦੱਸੀ ਹੁਣ ਤਾਂ ਸਿਹਤ ਨਹੀਂ ਚੱਲਦੀ ਸੰਗਤ ਵਿੱਚ ਗੱਲ ਕੀਤੀ ਵਿੱਚੋਂ ਆਵਾਜ਼ ਇਸੇ ਤਰ੍ਹਾਂ ਜਿਵੇਂ ਹੁਣ ਐਲਕੀ ਹੋ ਰਿਹਾ ਮਨ 'ਚ ਰਜੀਪਾਲ ਸਿੰਘ ਕਹਿੰਦਾ ਕਿ ਵੀ ਸਵੇਰੇ ਕਿੰਨੇ ਆਉਣਾ ਆਪਾਂ ਮੈਂ ਨਜੀਪ ਭਗਵਾਨ ਨੂੰ ਕੈਂਸਲ ਕਰੀਏ ਮੈਂ ਕਿਹਾ ਨਹੀਂ ਆਪਾਂ ਨਿਰਾਸ਼ ਨਾ ਕਰੀਏ ਆਪਾਂ ਸੰਗਤ ਕੋਲੋਂ ਪੁੱਛੀਏ ਇਹਨੇ ਪੁੱਛਿਆ ਤੁਸੀਂ ਸਾਰਿਆਂ ਨੇ ਹੁੰਗਾਰਾ ਭਰਿਆ ਵੀ ਨਹੀਂ ਠੀਕ ਹੈ ਅਸੀਂ ਜਲਦੀ ਆਵਾਂਗੇ ਉੱਥੇ ਉਸੇ ਦਿਨ ਗੱਲ ਹੋ ਗਈ ਵੀ ਠੀਕ ਹੈ ਜੀ ਕੱਲ੍ਹ ਕੀਰਤਨ ਸਵੇਰੇ ਤੜਕੇ 6:30 ਤੋਂ 6:30 ਹੋ ਗਏਗਾ ਸੋ ਆਇਆ ਸੰਗਤ ਬੁੜੀ ਭਰ ਕੇ ਆਈ ਸੰਪੂਰਨ ਸਲੀਵਾਰ ਦਾ ਕੀਰਤਨ ਹਾਲ ਵਿੱਚ ਕੋਈ ਥਾਂ ਨਾ ਮਿਲੇ ਹੋਇਆ ਕੀਰਤਨ ਹੁਣ ਕੀਰਤ ਗੱਲ ਤਾਂ ਕੀਤੀ ਸੀ ਮਹੀਨੇ ਵਿੱਚ ਇੱਕ ਦਿਨ ਦੀ ਪਰ ਸੰਗਤਾਂ ਨੂੰ ਸਵਾਦ ਵਾਲੀ ਗੱਲ ਜਾਂ ਸਮਝ ਲਓ ਜਾਂ ਭੁਲੇਖਾ ਪਿਆ ਅਸੀਂ ਦੂਜੇ ਦਿਨ ਆਰਾਮ ਨਾਲ ਉੱਠਾਂਗੇ ਵੀ ਚਲੋ ਕਿਉਂਕਿ ਪ੍ਰੋਗਰਾਮ 9 ਵਜੇ ਸੀ 6:30 ਤਾਂ ਇੱਕੋ ਦਿਨ ਕਰਨਾ ਸੀ 3:30 ਤੋਂ 6:30 ਅਸੀਂ ਦੂਜੇ ਦਿਨ ਆਰਾਮ ਵਿੱਚ ਵੀ ਚਲੋ ਕੋਈ 4-5 ਵਜੇ ਉੱਠਾਂਗੇ ਅਤੇ ਤਿਆਰ ਹੋ ਕੇ 9 ਵਜੇ ਪ੍ਰੋਗਰਾਮ ਪਰ ਹੋਇਆ ਕੀ ਕਿ 3:30 ਵਜੇ ਠੀਕ ਗ੍ਰੰਥੀ ਸਿੰਘ ਆਇਆ ਕਹਿੰਦਾ ਜੀ ਬਾਹਰ ਤਾਂ ਦਰਵਾਜ਼ੇ ਗਏ ਸੰਗਤ ਖੜੀ ਹੈ ਦਰਵਾਜ਼ਾ ਖੜਕਾਉਂਦੇ ਮੈਂ ਕਹਿੰਦੇ 3:30 ਵਜੇ ਬਾਹਰ ਸੰਗਤ ਖੜੀ ਉਹਨਾਂ ਨੂੰ ਇਹ ਸ਼ਬਦ ਲਿਖਿਆ ਪਿਆ ਵੀ ਰੋਜ਼ ਆਉਣ ਸ਼ੁਰੂ ਹੋ ਗਿਆ 3:30 ਵਜੇ ਸੰਗਤ 3:30 ਵਜੇ ਦੂਜੇ ਦਿਨ ਵੀ ਦਰਵਾਜ਼ੇ ਅੱਗੇ ਖੜਕਾ ਕੇ ਦਰਵਾਜ਼ਾ ਆਪ ਖੜੇ ਕੇ ਅਸੀਂ ਕੀਰਤਨ ਸ਼ੁਰੂ ਨਹੀਂ ਹੋਇਆ ਸਾਨੂੰ ਗ੍ਰੰਥੀ ਸਿੰਘ ਨੇ ਉੱਪਰ ਜਿੱਥੇ ਕਮਰੇ ਠਹਿਰੇ ਸਜਾ ਕੇ ਅਸੀਂ ਵੀ 1/2 ਘੰਟੇ 'ਚ ਛੱਕਣਾ ਤਿਆਰ ਹੋਏ ਅਤੇ ਜਾ ਕੇ 4 ਵਜੇ ਕੀਰਤਨ ਸ਼ੁਰੂ ਕੀਤਾ 4-6:30 ਅਤੇ ਮੇਰੇ ਕਹਿਣ ਦਾ ਮਤਲਬ ਇੱਕ ਮਨ ਦੀ ਉਪਰਾਲੇ ਦੀ ਮਨ ਦੀ ਖੁਸ਼ੀ ਦੀ ਚਾਹਤ ਦਾ ਸਮਾਂ ਹੁੰਦਾ ਟੈਸਟ ਹੁੰਦਾ ਸੋ ਇਹ ਵੀ ਤੁਹਾਡੇ ਸਾਹਮਣੇ ਵੀ ਇੱਕ ਟੈਸਟ ਸੀ ਜਿਹੜਾ ਗੁਰੂ ਨੇ ਡਬਲ ਕਰਕੇ ਲਿਆ ਟੈਸਟ ਤਾਂ ਅਸੀਂ ਪੁੱਛਿਆ ਵੀ ਸਵੇਰੇ ਆ ਸਕਦੇ ਹੋ ਤਾਂ ਆਪਾਂ ਕੈਂਸਲ ਕਿਉਂ ਕਰੀਏ ਤੁਸੀਂ ਹੁਗਾਰਾ ਭਰਿਆ ਅਸੀਂ ਆਵਾਂਗੇ ਅਤੇ ਗੁਰੂ ਨੇ ਉਸ ਟੈਸਟ ਨੂੰ ਹੋਰ ਮਜ਼ਬੂਤ ਕਰਨ ਦੀ ਅੱਜ ਜਿਵੇਂ ਬਰਫ਼ਬਾਰੀ ਹੁੰਦੀ ਹੈ ਇੰਨੀ ਜ਼ਿਆਦਾ ਸਰਦੀ ਪਾਤੀ ਪਤਾ ਹੁਣ ਵੀ ਕੋਈ ਤਿਲਕਦਾ ਤੁਸੀਂ ਸਫਲ ਹੋਏ ਆਪਣੇ ਮਹਿਲ ਦੇ ਵਿੱਚ ਮੈਂ ਤੁਹਾਨੂੰ ਵੀ ਮੁਬਾਰਕ ਦਿੰਦਾ ਗੁਰੂ ਤੁਹਾਡੀ ਕਰਨਾ ਅਤੇ ਸਭ ਕੁਝ ਥਾਂ ਪਾਵੇ ਤੁਹਾਡਾ ਪਿਆਰ ਸਾਬਤ ਕਰ ਦਿੱਤਾ ਉਹਨਾਂ ਨੇ ਵੀ ਕੀਰਤਨ ਨਾਲ ਗੁਰੂ ਨਾਲ ਸ਼ਬਦ ਨਾਲ ਪਿਆਰ ਹੈ ਇਸੇ ਤਰ੍ਹਾਂ ਬਣਿਆ ਰਹੇ ਇਹਨਾਂ ਸ਼ਬਦਾਂ ਦਾ ਸਿਮਾਂ ਦਾ ਵਿਆਹ ਚੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ